ਦੀ ਰਕਸ਼ਾ ਕੀਤੀ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਰਮੇ ਹੋਏ ਰਾਮ ਵਾਹਿਗੁਰੂ ਤੇਰਾ ਐਸਾ ਰਾਜ, ਐਸਾ ਰਾਜਾ ਹੈ, ਆਪਣੇ ਭਗਤਾਂ ਦੀ ਹਰ ਯੁੱਗ ਵਿੱਚ ਇੱਜ਼ਤ ਰੱਖਦਾ ਆਇਆ, ਉਹਨਾਂ ਦੀ ਜੈ ਜੈਕਾਰ ਕਰਦਾ ਆਇਆ, ਅਤੇ ਤੂੰ ਕਿਰਪਾ ਕੀਤੀ ਹਰਨਾਕਸ਼ ਦੁਸ਼ਟ ਦੁਸ਼ਟ ਹਰਨਾਕਸ਼ ਜਿਹੜਾ ਬਿਨਾਂ ਵਜ੍ਹਾ ਭਗਤ ਨੂੰ ਦਿਖਾਉਂਦਾ, ਭਗਤ ਨੂੰ ਭੈਭੀਤ ਕਰਨਾ ਚਾਹੁੰਦਾ, ਮਹਾਰਾਜ ਹਰ ਉਹਨੂੰ ਮਾਰਿਆ, ਹਰ ਮਾਰਿਆ, ਹਰੀ ਪਰਮਾਤਮਾ ਨੇ ਹਰਨਾਕਸ਼ ਨੂੰ ਮਾਰਿਆ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਆਪਣੇ ਪਿਆਰੇ ਨੂੰ ਉਭਾਰਿਆ, ਬਚਾਇਆ, ਉਹਨੂੰ ਤਾਰਿਆ ਅਤੇ ਉਹਨੂੰ ਮਾਰਿਆ, ਉਹਨੂੰ ਬਚਾਇਆ ਗਿਆ ਅਤੇ ਉਹਨੂੰ ਖਤਮ ਕੀਤਾ ਗਿਆ। ਮਹਾਰਾਜ ਕਹਿੰਦੇ ਜੇ ਬਾਣੀ ਪੜ੍ਹੋਂਗੇ, ਸਿਮਰਨ ਕਰੋਂਗੇ, ਗੁਰੂ 'ਤੇ ਭਰੋਸਾ ਰੱਖੋਗੇ, ਗੁਰੂ ਦਾ ਲੜ ਪਕੜੋਂਗੇ, ਗੁਰੂ ਦੇ ਹੋ ਕੇ ਚੱਲੋਂਗੇ, ਉਹਦੇ ਅਨੁਕੂਲ, ਕਿਸੇ ਤੋਂ ਭੈਭੀਤ ਨਹੀਂ ਹੋਣਾ। ਮੇਰਾ ਵਾਹਿਗੁਰੂ ਗੋਬਿੰਦਾ ਜਦੋਂ ਜਾਣਿਆ, ਮਹਾਰਾਜ ਕਹਿੰਦੇ ਪਰਮਾਤਮਾ ਤੁਹਾਡੀ ਵੀ ਰਕਸ਼ਾ ਇਉਂ ਕਰੇਗਾ ਜਿਵੇਂ ਪ੍ਰਹਿਲਾਦ ਦੀ ਕੀਤੀ, ਇਹ ਮਤ ਸਮਝੀਏ, ਉਦੋਂ ਕੀਤੀ ਸੀ, ਅੱਜ ਵੀ ਕਰਦਾ, ਅੱਜ ਵੀ ਅਰਦਾਸਾਂ ਬੇਨਤੀਆਂ ਸੁਣਦਾ, ਪਰ ਘਾਟ ਸਾਡੇ 'ਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਔਰ ਸਤਿਗੁਰ ਸਾਚਾ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਜਦੋਂ ਇਹਨਾਂ ਦੇ ਵਿੱਚ ਹੀ ਘਾਟ, ਅੰਧੇ ਏਕ ਨਾ ਲੱਗਾ ਹੀ, ਜਿਉਂ ਬਾਂਸ ਵਜਾਈਏ ਫੂਕ। ਗੁਰੂ ਰੋਜ਼ ਦੱਸਦਾ ਹੈ, ਹਰ ਵਕਤ ਦੱਸਦਾ ਹੈ, ਤੈਨੂੰ ਸੁੱਖ ਕਿਵੇਂ ਮਿਲਣਾ ਹੈ, ਆਨੰਦ ਕਿਵੇਂ ਮਿਲਣਾ ਹੈ, ਖੇੜਾ ਤੇਰੇ ਜੀਵਨ ਅੰਦਰ ਕਿਵੇਂ ਆਉਣਾ ਹੈ, ਪਰਿਵਾਰ ਤੇਰਾ ਖੁਸ਼ਹਾਲੀ ਦੀਆਂ ਲੀਆਂ 'ਤੇ ਕਿਵੇਂ ਟੁਰਨਾ ਹੈ, ਮੰਜ਼ਲੇ ਮਕਸੂਦ 'ਤੇ ਕਿਵੇਂ ਪਹੁੰਚਣਾ ਹੈ, ਇਹ ਗਿਆਨ ਵਿਵੇਕ ਦੇ ਚਕਸ਼ੂਆਂ ਤੋਂ ਅੰਨਾ, ਫਿਰ ਵੀ ਜੀਵ ਉਸ ਮਾਰਗ 'ਤੇ ਨਹੀਂ ਤੁਰਦਾ, ਇਹਨੂੰ ਇੱਕ ਵੀ ਗੱਲ ਸਮਝ ਨਹੀਂ ਆਉਂਦੀ, ਅੰਧੇ ਏਕ ਨਾ ਲੱਗ ਗਈ, ਜਿਉਂ ਬਾਂਸ ਵਜਾਈਏ ਫੂਕ। ਕਥਾ ਸੁਣਦਾ ਹੈ, ਕੀਰਤਨ ਸੁਣਦਾ ਹੈ, ਧਾਰਮਿਕ ਸਮਾਗਮ ਸੁਣਦਾ ਹੈ, ਬਾਣੀ ਨੂੰ ਸੁਣਦਾ ਹੈ, ਪਰ ਸੁਣਦਾ ਇਸ ਕਦਰ ਹੈ, ਇੱਕ ਪਾਸਿਓ ਸੁਣੀ, ਦੂਜੇ ਪਾਸਿਓ ਕੱਢ ਦਿੱਤੀ, ਜਿਵੇਂ ਬਾਂਸ 'ਚ ਇੱਕ ਪਾਸਿਓ ਫੂਕ ਮਾਰੀਏ, ਦੂਜੇ ਪਾਸੇ ਖੋਖਲਾ ਪਨ ਨਾਲ ਨਿਕਲ ਜਾਂਦੀ, ਜੀਵਨ ਬਹੁਤਾਦ ਅੰਦਰ ਖੋਖਲੇ ਹੋ ਗਏ ਨੇ, ਅੰਦਰ ਕੁਝ ਨਹੀਂ ਧਾਰਨ ਕੀਤਾ, ਗੁਰੂ ਕਾ ਬਚਨ ਅੰਦਰ ਨਹੀਂ ਵਸਾਇਆ, ਬਾਹਰ ਉਤਾਰਾ ਤਾਂ ਹੀ ਨਹੀਂ ਹੋਇਆ, ਨਹੀਂ ਤਾਂ ਪ੍ਰਹਿਲਾਦ ਦੀ ਤਰ੍ਹਾਂ ਸਾਡੀ ਵੀ ਰਕਸ਼ਾ ਗੁਰੂ ਕਰਦਾ, ਸਾਡੀ ਵੀ ਸੁਣਦਾ, ਅੱਜ ਵੀ ਸੁਣਦਾ, ਅਸੀਂ ਪ੍ਰਹਿਲਾਦ ਨਹੀਂ ਬਣੇ, ਗੁਰੂ ਤਾਂ ਗੁਰੂ ਹੈ, ਉਸੇ ਤਰ੍ਹਾਂ ਹੀ ਹੈ, ਓਨੀਆਂ ਦਾਤਾਂ ਸ਼ਕਤੀਆਂ ਨੇ, ਪਰ ਸਾਡਾ ਭਰੋਸਾ ਪ੍ਰਹਿਲਾਦ ਵਾਲਾ ਨਹੀਂ ਹੈ, ਸਾਡਾ ਭਰੋਸਾ ਧਰੂ ਵਾਲਾ ਨਹੀਂ ਹੈ, ਅਸੀਂ ਦੂਰੀ 'ਤੇ ਚੱਲੇ ਗਏ, ਉਹ ਨਹੀਂ, ਉਹ ਤਾਂ ਹਮੇਸ਼ਾ ਦਿਆਲੂ ਹੈ, ਬਾਪ ਬਾਹਾਂ ਫੈਲਾ ਕੇ ਬੈਠਾ ਹੈ, ਇਸ ਇੰਤਜ਼ਾਰ ਵਿੱਚ ਬੈਠਾ ਹੈ ਕਿ ਮੇਰਾ ਪੁੱਤਰ ਲੜ ਕੇ ਰੁੱਠ ਕੇ ਔਰ ਅਗਿਆਨਤਾ ਸਹਿਤ ਹੋ ਕੇ ਚਲਾ ਗਿਆ ਹੈ, ਆਪਣੇ ਘਰ ਆਵੇਗਾ, ਅੱਜ ਆਵੇਗਾ, ਕੱਲ੍ਹ ਆਵੇਗਾ, ਜਦੋਂ ਮੁੜ ਕੇ ਆ ਜਾਵੇ, ਕਿਸੇ ਗੁਸਤਾਖੀ ਕਾਰਨ ਲੜ ਕੇ ਗਿਆ ਹੋਇਆ ਪੁੱਤਰ, ਅਤੇ ਆ ਕੇ ਬਾਪੂ ਦੇ ਪੈਰੀਂ ਹੱਥ ਲਾ ਦੇਵੇ, ਅਤੇ ਬਾਪੂ ਪੈਰਾਂ 'ਤੇ ਨਹੀਂ, ਚੁੱਕ ਕੇ ਛਾਤੀ ਨਾਲ ਲਾ ਲੈਂਦਾ ਉਹਨੂੰ, ਅਸੀਂ ਆਈਏ ਤਾਂ ਸਹੀ ਗੁਰੂ ਕੋਲ,
ਗੁਰੂ ਏਡਾ ਦਿਆਲੂ ਹੈ, ਅੱਜ ਵੀ ਇਹ ਕਿਰਪਾ ਕਰਦਾ ਹੈ, ਅੱਜ ਵੀ ਰਕਸ਼ਾ ਕਰਦਾ ਹੈ, ਔਰ ਉਦੋਂ ਹੀ ਨਹੀਂ ਉਧਾਰਿਆ, ਅੱਜ ਵੀ ਉਧਾਰਦਾ ਹੈ, ਅੱਜ ਵੀ ਬਚਾਉਂਦਾ ਹੈ। ਪ੍ਰਹਿਲਾਦ ਰੱਖੀ ਹਰ ਪੈਜ ਆਪ, ਹਰੀ ਪਰਮਾਤਮਾ ਨੇ ਆਪ ਪੈਜ ਰੱਖੀ, ਆਪ ਪਹੁੰਚਿਆ ਉਹਦੀ ਰਕਸ਼ਾ ਕਰਨ ਵਾਸਤੇ, ਹਰਨਾਕਸ਼ ਨੂੰ ਖਤਮ ਕਰਨ ਲਈ। ਤੇਰੇ ਕੋਲ ਵੀ ਪਹੁੰਚੇਗਾ, ਤੂੰ ਪਰਮਾਤਮਾ ਨੂੰ ਯਾਦ ਕਰ। ਬਸਤਰ ਸ਼ੀਨਤ ਦਰੋਪਦੀ ਰੱਖੀ ਲਾਜ, ਹੇ ਵਾਹਿਗੁਰੂ, ਜਦ ਦਰੋਪਦੀ ਦੀ ਪੱਤ ਰੱਖਣ ਵਾਲਾ ਕੋਈ ਨਹੀਂ ਸੀ ਰਹਿ ਗਿਆ, ਉਦੋਂ ਤੂੰ ਉਹਨੂੰ ਬੇਪੱਤ ਨਾ ਹੋਣ ਦਿੱਤਾ। ਸਾਡੇ ਤਾਂ ਇੰਨੇ ਮਦਦਗਾਰ ਹੀ ਹੈ ਨਹੀਂ ਜਿੰਨੇ ਦਰੋਪਦੀ ਦੇ ਸਨ, ਉਹਦੇ ਪੰਜੋ ਪਤੀ ਅਤੇ ਪੰਜੇ ਬਲਵਾਨ, ਜਿਨ੍ਹਾਂ ਨੇ ਐਡੀ ਵੱਡੀ ਕੈਰਵਾਂ ਦੀ ਸੈਨਾ ਦਾ ਪੰਜਾਂ ਨੇ ਨਾਸ਼ ਕਰਤਾ ਸੀ। ਸਾਡੇ ਤੋਂ ਤਾਂ ਕੁੱਤੇ ਨੂੰ ਡੰਡਾ ਨਹੀਂ ਵੱਜਦਾ, ਅਸੀਂ ਕੀ ਕਰ ਲਵਾਂਗੇ। ਉਹ ਹੀ ਸਾਨੂੰ ਦੰਦੀ ਵੱਢ ਕੇ ਭੱਜ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸੱਜਣਾ, ਜੇ ਉਹਦੀ ਲਾਜ ਰੱਖੀ ਸੀ ਔਰ ਅੱਜ ਕਿਉਂ ਨਹੀਂ? ਕਿਉਂਕਿ ਉਹਦੇ ਵਾਲਾ ਭਰੋਸਾ ਨਹੀਂ ਆਇਆ, ਉਹਦੇ ਵਰਗੀ ਅੰਦਰੋਂ ਪ੍ਰਾਰਥਨਾ ਕਰਨੀ ਨਹੀਂ ਆਈ, ਉਹਦੇ ਵਰਗੇ ਜੀਵਨ ਪ੍ਰਥਾ ਨਹੀਂ ਆਈ, ਭਰੋਸਾ ਉਵੇਂ ਲਿਆ, ਅੱਜ ਵੀ ਲਾਜ ਰਹਿ ਗਈ। ਹਰ ਜੂਰ ਰੱਖ ਲਿਓ ਪਤ ਮੇਰੀ, ਹੇ ਪ੍ਰਭੂ ਮੇਰੀ ਪਤ ਰੱਖ, ਇੱਜ਼ਤ ਰੱਖ, ਰਖਵਾਲੀ ਕਰ। ਔਰ ਉਹਨੇ ਜਿਹਨੇ ਪ੍ਰਹਿਲਾਦ ਨੂੰ ਬਚਾਇਆ ਹੈ, ਉਹ ਤੇਰੀ ਵੀ ਰਕਸ਼ਾ ਕਰੇਗਾ। ਤੂੰ ਉਹਨੂੰ ਆਰਾਧ ਜਪ। ਗੁਰੂ ਰਾਮਦਾਸ ਸਾਹਿਬ ਮੇਰ ਕਰਦੇ ਨੇ, ਭਾਰ ਅਠਾਰੇ ਮੈਂ ਚੰਦਨ ਉੱਤਮ, ਚੰਦਨ ਨਿਕਟ ਸਭ ਚੰਦਨ ਹੋਈਆ। ਮਹਾਰਾਜ ਕਹਿੰਦੇ ਭਾਰ ਅਠਾਰੇ, ਔਰ ਜਿੰਨੀ ਵੀ ਬਨਸਪਤੀ ਉਹਦੇ ਵਿੱਚੋਂ ਉੱਤਮ ਉਤਕ੍ਰਿਸ਼ਟ ਚੰਗਾ ਚੰਦਨ ਨੂੰ ਮੰਨਿਆ ਗਿਆ, ਚੰਦਨ ਦੇ ਪੌਦੇ ਨੂੰ। ਮਹਾਰਾਜ ਕਹਿੰਦੇ ਜਿੰਨੇ ਚੰਦਨ ਦੇ ਨਿਕਟ ਸੰਗੀ ਉਹਦੇ ਸੰਪਰਕ ਵਿੱਚ ਆਉਣ ਵਾਲੇ, ਸਾਰਿਆਂ ਵਿੱਚੋਂ ਚੰਦਨ ਵਰਗੀ ਸੁਗੰਧੀ ਆਉਣ ਲੱਗ ਜਾਂਦੀ ਹੈ, ਕਿਉਂਕਿ ਉਹਦੇ ਸੰਪਰਕ ਵਿੱਚ ਆ ਗਏ, ਉਹਦੇ ਸੰਪਰਕ ਵਿੱਚ ਆ ਗਏ। ਜਿਹੜਾ ਗੁਰਸਿੱਖ ਪਿਆਰੇ ਦੇ ਸੰਪਰਕ ਵਿੱਚ ਆ ਗਿਆ, ਸੰਗਤ ਵਿੱਚ ਆ ਗਿਆ, ਸਤਿਗੁਰੂ ਦੇ ਸੰਪਰਕ ਵਿੱਚ ਆ ਗਿਆ, ਉਹਦੇ ਵਿੱਚੋਂ ਅੰਦਰੋਂ ਬੋਲ ਖਿਆਲ ਗੁਰੂ ਵਾਲੇ ਉਤਪੰਨ ਹੋਣ ਲੱਗ ਜਾਣਗੇ। ਜਿਵੇਂ ਦੂਜੇ ਪੌਦਿਆਂ 'ਚੋਂ ਵੀ ਸੁਗੰਧੀ ਦੂਜਿਆਂ ਨੂੰ ਸੁਣਾਈ ਦਿੰਦੀ ਨਾ, ਉਦੋਂ ਉਹਨਾਂ ਅੰਦਰੋਂ ਵੀ ਬੋਲ ਬਚਨ ਸ਼ਰਧਾ ਗੁਰੂ ਵਾਲੀ ਦੂਜਿਆਂ ਨੂੰ ਆਉਣ ਲੱਗ ਪਏਗੀ, ਦੂਜਿਆਂ ਨੂੰ ਦਿਸਣ ਲੱਗ ਜਾਏਗੀ ਕਿ ਇਹ ਤਾਂ ਗੱਲਾਂ ਗੁਰੂ ਵਾਲੀਆਂ ਕਰਦਾ ਹੈ। ਅਤੇ ਕਈ ਵਾਰ ਐਸਾ ਵੀ ਹੈ, ਗੁਰੂ ਕੋਲ ਆ ਕੇ ਵੀ ਮਨਮਤ ਵਾਲੀਆਂ ਗੱਲਾਂ ਔਰ ਭੈੜੀਆਂ ਗੱਲਾਂ, ਭੈੜੀਆਂ ਸੋਚਾਂ, ਭੈੜੀਆਂ ਵਿਚਾਰਾਂ ਨੇ, ਕਿਉਂਕਿ ਉਹਨੇ ਸਤਸੰਗਤ ਨਹੀਂ ਕੀਤੀ। ਤਾਂ ਬਦਬਹੁ ਆਉਂਦੀ ਏ, ਸਾਕਤ ਕੂੜੇ ਉਬ ਸੁੱਕ ਹੋਏ, ਮਨ ਅਭਿਮਾਨ ਵਿਛੜ ਦੂਰ ਗਈ ਆ। ਮਹਾਰਾਜ ਕਹਿੰਦੇ ਜਿਹੜੇ ਸਾਕਤ ਟੁੱਟੇ ਹੋਏ ਨੇ, ਜਿਹਨੂੰ ਮਹਾਰਾਜ ਕਹਿੰਦੇ ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੈ ਜਾਈਏ ਭਾਗ, ਬਾਸਨ ਕਾਰੂ ਪਰਸੀਏ ਤਉ ਕਛੁ ਲਾਗੈ ਦਾਗ। ਕਹਿੰਦੇ ਸਾਕਤ ਦਾ ਸੰਗ ਏਡਾ ਮਾੜਾ ਹੈ, ਤੂੰ ਕਹਿ ਬਈ ਮੈਂ ਤਾਂ ਮਾੜਾ ਜਿਹਾ ਹੀ ਉਹਦੇ ਕੋਲ ਰੁਕਿਆ ਸੀ। ਕਹਿੰਦੇ ਕਾਲਾ ਬਰਤਨ ਹੋਵੇ ਨਾ, ਤਵਾ ਹੋਵੇ, ਤਵੀ ਹੋਵੇ, ਔਰ ਕੋਈ ਦੇਗਚਾ ਹੋਵੇ, ਦੇਗ ਹੋਵੇ, ਉਹਨੂੰ ਮਾੜਾ ਜਿਹਾ ਹੀ ਹੱਥ ਟੱਚ ਕਰਦੇ ਜਾਂ ਕੱਪੜਾ ਮਾਮੂਲੀ ਜਿਹਾ ਹੀ ਲੰਘਦਿਆਂ ਹੋਇਆਂ, ਅਤੇ ਉਹਦੇ ਨੂੰ ਕੁਝ ਨਾ ਕੁਝ ਕਾਲਸ਼ ਲੱਗ ਜਾਂਦੀ ਹੈ ਨਾ, ਕਾਲਾਪਨ।
ਕਹਿੰਦੇ ਜੇ ਤੂੰ ਇੱਕ ਦੋ ਗੱਲਾਂ ਵੀ ਸਾਕਤ ਨਾਲ ਦੁਸ਼ਟ ਨਾਲ ਆਦਾਨ ਪ੍ਰਦਾਨ ਕਰ ਗਿਆ, ਕਹਿੰਦੇ ਉਹਦੇ ਨੂੰ ਕੁਝ ਨਾ ਕੁਝ ਅਕਸ਼ ਤੇਰੇ ਜੀਵਨ ਨੂੰ ਲੱਗ ਜਾਏਗਾ, ਕੁਝ ਮੈਲ ਲੱਗ ਜਾਏਗੀ। ਇਸ ਕਰਕੇ ਉਹਦੇ ਤੋਂ ਟੁੱਟੇ ਹੋਏ ਤੋਂ ਨਾਸਤਕ ਤੋਂ ਦੂਰੀ ਬਣਾ ਕੇ ਰੱਖ। ਕਹਿਣ ਲੱਗੇ ਉਹ ਸਾਕਤ ਜਿਹੜੇ ਕੂੜੇ ਝੂਠੇ ਨੇ ਉਬ ਸੁੱਕ ਹੋਏ, ਕਹਿਣ ਲੱਗੇ ਉਹ ਖੜ ਸੁੱਕ ਹੋ ਗਏ। ਐ ਖੜ ਸੁੱਕ, ਖੜ ਸੁੱਕ ਹੁੰਦਾ ਜਿਹਦੇ ਹਰੇ ਹੋਣ ਦੀ ਉਮੀਦ ਹੀ ਕੋਈ ਨਹੀਂ, ਸੁੱਕ ਗਿਆ ਖੜਾ ਖਲੋਤਾ ਹੀ, ਉਹ ਸੁੱਕ ਗਿਆ। ਕਿਉਂ? ਮਨ ਅਭਿਮਾਨ, ਮਨ ਦੇ ਅੰਦਰ ਹੰਕਾਰ ਆਦਿ ਔਗਣ ਆ ਗਏ, ਅਤੇ ਹੰਕਾਰ ਆਦਿ ਕਰਕੇ ਗੁਰੂ ਤੋਂ ਵਿੱਚ ਦੂਰ ਚਲੇ ਗਏ, ਦੂਰ ਗਈ ਆ, ਇੰਨੇ ਦੂਰ ਗਏ ਚਲੇ, ਹੁਣ ਗੁਰੂ ਦੇ ਨੇੜੇ ਨਹੀਂ ਆ ਸਕਦੇ, ਅਵਗਣਾ ਕਰਕੇ ਦੂਰੀ ਬਣ ਗਈ, ਜੀਵ ਦੂਰ ਚਲਾ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਮੁਖ ਉਬੇ ਸੁੱਕ ਗਏ ਨਾ ਫਲ ਤਿੰਨਾ ਛਾਓ, ਕਹਿੰਦੇ ਇੰਨੇ ਖੜ ਸੁੱਕ ਹੋ ਗਏ। ਜਿਵੇਂ ਖੜ ਸੁੱਕ ਹੋਇਆ, ਕੋਈ ਦਰਖਤ ਹੋਵੇ ਨਾ ਉਹਦੇ 'ਤੇ ਕੋਈ ਪੱਤਾ ਨਹੀਂ ਦਿੰਦਾ, ਕੋਈ ਉਹਦੀ ਛਾਂ ਨਹੀਂ ਹੈ, ਕਹਿੰਦੇ ਤਿੰਨ ਪਾਸ ਨਾ ਬੈਸੀ ਹੈ ਉਹਨਾਂ ਘਰ ਨਾ ਗਿਰਾਓ। ਮਹਾਰਾਜ ਕਹਿੰਦੇ ਜਿਹੜੇ ਟੁੱਟੇ ਹੋਏ ਦੁਸ਼ਟ ਆ ਨਾ, ਉਹਨਾਂ ਦੇ ਕੋਲ ਨਾ ਬੈਠੀਏ, ਨਾ ਉਹਨਾਂ ਕੋਲ ਕੋਈ ਘਰ ਹੈ ਅਤੇ ਨਾ ਹੀ ਉਹਨਾਂ ਦਾ ਕੋਈ ਪਿੰਡ ਹੈ, ਉਹਨਾਂ ਤਾਂ ਆਪਣਾ ਕੰਮ ਕਰਨਾ ਹੈ, ਕਿਉਂਕਿ ਉਹ ਪਿੰਡ ਨੂੰ ਵੀ ਉਜਾੜਦੇ ਨੇ ਅਤੇ ਘਰਾਂ ਨੂੰ ਵੀ ਪਾੜਦੇ ਨੇ, ਉਹਨਾਂ ਦੀ ਨੀਤੀ ਵਿਚਾਰ ਐਸੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਹਰ ਗਤ ਮਿਤ ਕਰਤਾ ਆਪੇ ਜਾਣੇ, ਕਰਤਾ ਅਕਾਲ ਪੁਰਖ ਵਾਹਿਗੁਰੂ। ਹਰੀ ਜਿਹੜਾ ਗਤ ਮੁਕਤੀ ਦਾ ਦਾਤਾ ਹੈ, ਅਕਾਲ ਪੁਰਖ ਵਾਹਿਗੁਰੂ ਜਿਹਦੇ ਤੋਂ ਪ੍ਰਾਪਤੀ ਹੁੰਦੀ, ਕਾਹਦੀ ਮਿਤ? ਉਹਦੀ ਮਰਜ਼ਾਦਾ, ਉਹਦੀ ਮਰਜ਼ਾਦਾ ਦੀ, ਉਹਦੇ ਤੋਂ ਹੀ ਪ੍ਰਾਪਤੀ ਢੰਗ ਤਰੀਕਾ ਮਿਲਦਾ ਹੈ। ਉਹਨੂੰ ਮਿਲਣਾ ਕਿਵੇਂ, ਉਹਦੇ ਤੱਕ ਪਹੁੰਚ ਕਿਵੇਂ ਹੋਣੀ ਹੈ? ਸਭ ਵਿਧ ਹਰ ਹਰ ਆਪ ਬਣਾਈਆ, ਸਾਰੀ ਵਿਧੀ, ਸਾਰਾ ਢੰਗ, ਸਾਰਾ ਤਰੀਕਾ ਗੁਰੂ ਨੇ ਆਪ ਬਣਾਇਆ, ਆਪ ਦਰਸਾਉਂਦਾ ਹੈ। ਜਿਹੜਾ ਚੱਲ ਕੇ ਆਉਂਦਾ ਨਾ, ਗੁਰੂ ਉਹਨੂੰ ਆਪ ਦੱਸਦਾ ਆਹ ਕਰ, ਆਹ ਕਰ, ਐਵੋਂ ਤੋਰ, ਆਹ ਖਾ, ਇੱਥੇ ਨਾ ਜਾ, ਆਹ ਪੈਣ, ਆਹ ਨਾ ਪੈਣ, ਇੱਧਰ ਨੂੰ ਆ, ਆਹ ਬੋਲ, ਆਹ ਨਾ ਬੋਲ। ਮਹਾਰਾਜ ਕਹਿੰਦੇ ਗੁਰੂ ਦੱਸਦਾ, ਅਤੇ ਜਿਵੇਂ ਜਿਵੇਂ ਗੁਰੂ ਦੇ ਦੱਸੇ ਅਨੁਸਾਰ ਸਿੱਖ ਚੱਲਦਾ, ਗੁਰੂ ਦੇ ਨੇੜੇ ਆਉਂਦਾ ਜਾਂਦਾ, ਨੇੜੇ ਆਉਂਦਾ ਜਾਂਦਾ। ਜੇ ਸਤਿਗੁਰ ਭੇਟੇ ਸੋ ਕੰਚਨ ਹੋਵੇ, ਜਿਹੜਾ ਸਤਿਗੁਰੂ ਨੂੰ ਭੇਟੇ ਮਿਲ ਜਾਂਦਾ ਉਹ ਬਾਰਾਂਵੰਨੀ ਦਾ ਸੋਨਾ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਜੋ ਤੁਰ ਲਿਖਿਆ ਸੋ ਮਿਟੇ ਨਾ ਮਟਈਆ, ਜੋ ਤੁਰ ਤੋਂ ਪਰਮਾਤਮਾ ਨੇ ਲਿਖ ਪਾਇਆ ਹੈ, ਜੈਸੀ ਉਹਦੀ ਕਰਨੀ ਸੀ, ਮਹਾਰਾਜ ਕਹਿੰਦੇ ਉਹ ਮਿਟਿਆ ਵੀ, ਮਿਟਣਾ ਵੀ ਚਾਹੇ ਮਿਟ ਨਹੀਂ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਉਹ ਗੁਰੂ ਦਾਤਾ ਹੈ, ਉਹਦੇ ਕੋਲ ਆ ਰਤਨ ਪਦਾਰਥ। ਮਹਾਰਾਜ ਸਾਹਿਬ ਕਹਿੰਦੇ ਗੁਰਮਤ ਪਾਵੇ, ਜਿਹੜੇ ਰਤਨ ਨੇ ਅਮੋਲਕ ਮੂੰਗੇ ਨੇ, ਉਹ ਰਤਨ ਪਦਾਰਥ ਕੀ ਆ? ਵੈਰਾਗ, ਗਿਆਨ, ਇੱਕ ਦਿਓ ਬਾਹਰੋਂ ਨਹੀਂ ਮਿਲਦਾ, ਗੁਰੂ ਤੋਂ ਪ੍ਰਾਪਤ ਹੁੰਦਾ, ਅਤੇ ਨਾ ਹੀ ਬਾਹਰ ਖਜ਼ਾਨਾ ਹੈ, ਸਿੱਖਾ ਤੇਰੇ ਹੀ ਅੰਦਰ ਹੈ, ਗੁਰੂ ਨੂੰ ਰਾਹ, ਤੇਰੇ ਅੰਦਰੋਂ ਖਜ਼ਾਨੇ ਦਾ ਢੱਕਣ ਖੁੱਲ ਜਾਵੇਗਾ। ਕਿੱਥੇ? ਮਹਾਰਾਜ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਤੂੰ ਇੱਕ ਗੁਰੂ ਕੀ ਸਿੱਖਿਆ ਸੁਣ,
ਉਹ ਤੇਰੇ ਅੰਦਰੇ ਹੀ ਖਜ਼ਾਨਾ ਭਰਿਆ ਪਿਆ ਹੈ, ਸ਼ੁਭ ਵਿਚਾਰਾਂ ਦਾ, ਦਲੀਲਾਂ ਦਾ, ਉਪੀਲਾਂ ਦਾ, ਮਾਰਗ ਦਾ, ਸਭ ਕੁਝ ਤੇਰੇ ਅੰਦਰ ਹੈ। ਉਹ ਢੱਕਣ ਖੁੱਲ ਜਾਏਗਾ, ਤੈਨੂੰ ਮਿਲ ਜਾਏਗਾ, ਪ੍ਰਕਾਸ਼ ਹੋ ਜਾਵੇਗਾ ਹਿਰਦੇ ਦੇ ਵਿੱਚ। ਸਾਗਰ ਭਗਤ ਭੰਡਾਰ ਖੁੱਲਈਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕੀ ਹੁੰਦਾ, ਔਰ ਭਗਤੀ ਦਾ ਭੰਡਾਰਾ, ਭਗਤੀ ਦਾ ਥਾ ਸਮੁੰਦਰ, ਇਸ ਸੰਸਾਰ ਸਮੁੰਦਰ ਦੇ ਅੰਦਰ ਰਹਿੰਦੇ ਹਾਂ, ਔਰ ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਭਗਤੀ ਦਾ ਭੰਡਾਰਾ ਜਿਹੜਾ ਹੈ ਉਹਨੂੰ ਪ੍ਰਾਪਤ ਕਰ ਲੈਂਦਾ, ਉਹਦੀ ਪ੍ਰਾਪਤੀ ਹੁੰਦੀ ਆ। ਮਹਾਰਾਜ ਕਹਿੰਦੇ ਗੁਰ ਚਰਨੀ ਇੱਕ ਸਰਦਾ ਉਪਜੀ। ਗੁਰੂ ਦੇ ਚਰਨਾਂ ਨਾਲ ਜੁੜ ਕੇ ਅੰਦਰ ਸ਼ਰਧਾ, ਪ੍ਰੇਮ ਔਰ ਉਤਪੰਨ ਹੋਇਆ ਹੈ। ਮੈਂ ਹਰ ਗੁਣ ਕਹਿ ਤੇ ਤ੍ਰਿਪਤ ਨਾ ਭਈਆ। ਮਹਾਰਾਜ ਕਹਿੰਦੇ ਫਿਰ ਜਦੋਂ ਸ਼ਰਧਾ ਹੁੰਦੀ ਨਾ, ਉਹ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਇਹ ਨਹੀਂ ਹੁੰਦਾ ਕਿ ਬਹੁਤ ਪੜ੍ਹ ਲਈ, ਅੰਦਰੋਂ ਮਨ ਕਰਦਾ ਹੋਰ ਪੜ੍ਹ ਲਾ। ਸਮਾਂ ਕਈ ਵਾਰ ਕੋਲ ਨਹੀਂ ਹੁੰਦਾ ਅਤੇ ਮਨ ਕਰਦਾ ਹੋਰ ਪੜ੍ਹ, ਹੋਰ ਪੜ੍ਹ, ਹੋਰ ਪੜ੍ਹ, ਹੋਰ ਜਪ, ਹੋਰ ਜਪ, ਅੰਦਰ ਸ਼ਰਧਾ। ਅਤੇ ਜਿਹੜਾ ਦੇਖਾ ਦੇਖੀ ਉਹ ਮਸਾਂ ਟਾਈਮ ਹੀ ਪੂਰਾ ਕਰਦਾ, ਪਤਾ ਨਹੀਂ ਕਦੋਂ ਖਹਿੜਾ ਛੁੱਟਣਾ ਹੈ, ਕਦੋਂ ਇੱਥੋਂ ਚੱਲੀਏ, ਚਾਲਾ ਮਾਰੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਸ਼ਰਧਾ ਉਪਜੀ, ਮਨ ਰੱਜਦਾ ਨਹੀਂ। ਵਾਹਿਗੁਰੂ ਦੀ ਵਡਿਆਈ ਕਰ ਕਰਕੇ ਪਰਮ ਵੈਰਾਗ ਨਿਤ ਨਿਤ ਹਰ ਧਿਆਏ। ਪਰਮ ਸਭ ਤੋਂ ਵੱਡਾ ਵੈਰਾਗ, ਮਨ ਵੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਉ। ਉਹ ਵੈਰਾਗ ਨਿਤ ਨਿਤ ਹਰ ਧਿਆਏ, ਵੈਰਾਗ ਮਿਲਣ ਦੀ ਖਿੱਚ ਵਧਣੀ ਅੰਦਰ ਮਾਲਕ ਵੱਲ ਨੂੰ, ਅਤੇ ਉਹ ਨਿਤ ਨਿਤ ਹਰ ਧਿਆਏ ਮਿਲਣ ਵਾਸਤੇ ਨਿਤ ਹਰ ਰੋਜ਼ ਪਰਮਾਤਮਾ ਨੂੰ ਧਿਆਵੇ, ਹਰ ਸਮੇਂ ਪਰਮਾਤਮਾ ਨੂੰ ਧਿਆਏ। ਮਹਾਰਾਜ ਕਹਿੰਦੇ ਮੈਂ ਹਰ ਗੁਣ ਕਹਿਤੇ। ਗੁਰੂ ਰਾਮਦਾਸ ਸਾਹਿਬ ਕਹਿੰਦੇ ਅਸੀਂ ਹਰੀ ਦੇ ਗੁਣਾਂ ਨੂੰ ਕਹਿਤੇ, ਕਹਿੰਦੇ ਹਾਂ ਭਾਵਨੀ ਕਹੀਆ। ਅੰਦਰ ਭਾਵਨਾ ਹੋਣੀ ਜ਼ਰੂਰੀ ਆ। ਗੁਰੂ ਨੂੰ ਮਿਲਣਾ, ਜਪਣਾ, ਸਿਮਰਨ ਕਰਨਾ, ਬਾਣੀ ਪੜ੍ਹਨੀ ਹੈ, ਹਿਰਦਾ ਭਾਵਨਾ ਪ੍ਰਸਤ ਹੋਣਾ ਚਾਹੀਦਾ, ਭਾਵਨਾ ਪੂਰਵਕ ਹੋਣਾ ਚਾਹੀਦਾ। ਜਿਹਦੇ ਹਿਰਦੇ ਅੰਦਰ ਭਾਵਨਾ ਨਹੀਂ ਉਪਜੀ, ਉਹ ਭਗਤ ਨਹੀਂ ਹੋ ਸਕਦਾ, ਉਹ ਭਗਤੀ ਨਹੀਂ ਕਰ ਸਕਦਾ। ਉਹਦੇ ਅੰਦਰ ਤਰਕ ਬੇਤਰਕ ਹੋਰ ਹੀ ਉਪਜਣਗੇ, ਸ਼ੰਕਾਵਾਂ। ਜਦੋਂ ਭਾਵਨਾ ਹੋਏਗੀ, ਭੈ ਮਿਟੇਗਾ, ਪਰਮਾਤਮਾ ਦਾ ਨਿਰਮਲ ਭਾਉ ਪੈਦਾ ਹੋਵੇਗਾ, ਫਿਰ ਉਹਦੇ ਅੰਦਰ ਪ੍ਰਭੂ ਦੀ ਭਗਤੀ ਕਰਦੇ ਹਾਂ, ਉਹ ਭਗਤ ਰੂਪ ਹੋ ਜਾਏਗਾ। ਮਹਾਰਾਜ ਕਹਿੰਦੇ ਭਾਵਨੀ ਕਹੀ ਆ, ਐਸੀ ਭਾਵਨੀ ਸ਼ਰਧਾ ਹਿਰਦੇ ਵਿੱਚ, ਉਹ ਵਿਚਾਰ, ਉਹ ਖਿਆਲਾਤ ਜਿਹੜੇ ਪ੍ਰਭੂ ਨੂੰ ਪਾਦਾਨ ਚੰਗੇ ਲੱਗਣ। ਬਾਰ ਬਾਰ ਖਿਨ ਖਿਨ ਪਲ ਕਹੀਏ। ਮਹਾਰਾਜ ਕਹਿੰਦੇ ਮੁੜ ਮੁੜ ਕੇ ਖਿਨ ਖਿਨ ਪਲ ਪਲ ਵਿੱਚ, ਹਰ ਪਾਰ ਨਾ ਪਾਵੇ ਪਰੇ ਪਰਈਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਸਮਾਂ ਹਰੀ ਪਰਮੇਸ਼ਵਰ ਵਾਹਿਗੁਰੂ ਜਿਹੜਾ ਆ ਉਹ ਹਿਰਦੇ ਦੇ ਅੰਦਰੋਂ ਜੀਵਾਂ ਦੇ ਜਦੋਂ ਜੁੜ ਜਾਂਦੇ ਨੇ, ਉਹਨੂੰ ਜਪ ਕੇ ਜੁੜਦੇ, ਉਹਦਾ ਰੂਪ ਹੋ ਜਾਂਦੇ ਨੇ। ਪਰ ਹਰ ਪਾਰ ਨਾ ਪਾਵੇ ਪਰੇ ਪਰਈਆ, ਉਹ ਹਰੀ ਪਰਮਾਤਮਾ ਦਾ ਭਗਤ, ਸੰਤ, ਗੁਰ, ਸਿੱਖ, ਸਾਧਨਾ ਕਰਨ ਵਾਲੇ, ਗੁਰੂ ਪਿਆਰ ਵਾਲੇ ਰੱਬ ਦਾ ਪਾਰਾਵਾਰ ਨਹੀਂ ਪਾਉਂਦੇ।
ਆਪਣੇ ਆਪ ਨੂੰ ਸਮੁੰਦਰ ਵਿੱਚ ਮਿਲਾਉਂਦੇ ਨੇ, ਨਾ ਕਿ ਸਮੁੰਦਰ ਨੂੰ ਮਾਪਣ ਤੋਲਣ ਲੱਗ ਜਾਂਦੇ ਨੇ ਕਿ ਅਸੀਂ ਕਹਿ ਸਕੀਏ ਛਾਤੀ ਥੱਪੜ ਕੇ ਬਈ ਸਮੁੰਦਰ ਏਡਾ ਕੁ, ਪਾਣੀ ਇੰਨਾ ਕੁ, ਚੌੜਾਈ ਇੰਨੀ ਕੁ, ਗਹਿਰਾਈ ਇੰਨੀ ਕੁ। ਉਹ ਗੁਰਸਿੱਖ ਪਿਆਰਾ ਕਹਿੰਦਾ ਬੇਅੰਤ ਹੈ, ਬੇਅੰਤ ਹੈ, ਉਹਦਾ ਅੰਤ ਨਹੀਂ, ਉਹਦਾ ਪਾਰਾਵਾਰ ਨਹੀਂ, ਉਹ ਪਰੇ ਤੋਂ ਪਰੇ, ਪਰੇ ਤੋਂ ਪਰੇ, ਪਰੇ ਤੋਂ ਪਰੇ। ਜੀਵ ਕਹਿੰਦਾ ਮੇਰੀ ਬੁੱਧੀ ਦਾ ਮਸਲਾ ਨਹੀਂ ਹੈ, ਹੰਬ ਜਾਂਦੀ ਹੈ, ਥੱਕ ਜਾਂਦੀ ਹੈ, ਉਹਦੇ ਨਾਲੋਂ ਇਹ ਚੰਗਾ ਸਮੁੰਦਰ ਵਿੱਚ ਆਪਣੇ ਆਪ ਨੂੰ ਠਿੱਲ ਕੇ, ਗੁਰੂ ਵਿੱਚ ਆਪਣੇ ਆਪ ਨੂੰ ਮਿਲਾ ਕੇ ਉਹਦਾ ਆਨੰਦ ਕਤ ਹੋ, ਤੂੰ ਉਹਦਾ ਰੂਪ ਹੋ। ਜੇ ਤੂੰ ਉਹਦਾ ਅੰਤ ਪਾਉਣ ਲੱਗੇਗਾ ਤੂੰ ਵੱਖ ਰਹਿ ਜਾਏਗਾ, ਉਹ ਵੱਖ ਰਹਿ ਜਾਏਗਾ। ਜਦੋਂ ਉਹਦਾ ਰੂਪ ਹੋ ਜਾਏਗਾ ਆਪਣੇ ਆਪ ਵਿੱਚ ਆਨੰਦਿਤ ਹੋ ਜਾਵੇਂਗਾ, ਤੂੰ ਜੀਵਨੀ ਈਸ਼ਵਰ ਹੋ ਜਾਵੇਂਗਾ। ਸਾਕਤ ਵੇਦ ਪੁਰਾਨ ਪੁਕਾਰੇ ਧਰਮ ਕਰੂ ਖਟ ਕਰਮ ਦਰੜਈਆ, ਸ਼ਾਸਤਰ ਵੇਦ ਪੁਰਾਨ ਪੁਕਾਰ। ਮਹਾਰਾਜ ਕਹਿੰਦੇ ਜਿੰਨੇ ਸ਼ਾਸਤਰ 6 ਚਾਰ ਵੇਦ 18 ਪੁਰਾਣ ਸਾਰੇ ਪੁਕਾਰ ਪੁਕਾਰ ਕੇ ਕਹਿੰਦੇ ਧਰਮ ਕਰੋ ਖਟ ਕਰਮ ਦਰੜਾਈਆ, ਕਿਹੜਾ ਧਰਮ ਕਰੋ? ਜਿਹੜੇ 6 ਕਰਮ ਦੱਸੇ ਨੇ ਉਹਨਾਂ ਨੂੰ ਕਰਨ ਨੂੰ ਕਹਿੰਦੇ, ਬਈ ਇਹਨੂੰ ਦ੍ਰਿੜ ਕਰਵਾਉਂਦੇ ਨੇ, ਆਹ ਕਰੋ, ਦਾਨ ਦਿਓ, ਦਾਨ ਕਰਵਾਓ, ਪੂਜਾ ਕਰੋ, ਪੂਜਾ ਕਰਵਾਓ, ਔਰ ਵਿੱਦਿਆ ਪੜ੍ਹੋ, ਪੜ੍ਹਾਓ, ਇਸ ਤੋਂ ਆਦਿ ਜਿਹੜੇ 6 ਕਰਮ ਨੇ ਉਹ ਕਹਿੰਦੇ ਨੇ। ਪਰ ਕਹਿੰਦੇ ਵੀ ਗੁਰਮਤ ਕਹਿੰਦੀ ਹੈ ਨਾਮ ਜਪ, ਨਾਮ ਤੋਂ ਬਗੈਰ ਪਾਰ ਉਤਾਰਾ ਨਹੀਂ ਹੋਣਾ, ਵਿੱਦਿਆ ਜਿੰਨੀ ਮਰਜ਼ੀ ਪੜ੍ਹੀ ਜਾ ਜੇ ਨਾਮ ਨਹੀਂ ਜਪਦਾ। ਮਹਾਰਾਜ ਕਹਿੰਦੇ ਗੁਰਸਿੱਖ ਪਿਆਰਾ ਰੱਬ ਨਾਲ ਰੰਗ ਰਤੜੀ ਰੋਹ, ਉਹ ਕਿਸ ਕੈਸੇ ਜੀਵਨ ਵਾਲਾ ਹੈ? ਮਹਾਰਾਜ ਕਹਿੰਦੇ ਐਸੇ ਲਕਸ਼ਣਾਂ ਵਾਲਾ ਹੈ ਕਿ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ। ਮਹਾਰਾਜ ਕਹਿੰਦੇ ਉਹਦੇ ਕੋਲ ਮੰਤਰ ਹੈ ਹਰ ਵੇਲੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ, ਖੁਦਾ ਖੁਦਾ ਜਪਦਾ ਜ਼ਬਾਨ ਨਾਲ, ਧਿਆਨ ਸਰਬੱਤਰ ਪੂਰਨ ਹੈ। ਅਤੇ ਉਹਦਾ ਧਿਆਨ ਕਿੱਥੇ ਆ? ਜਿਹੜਾ ਸਰਬੱਤਰ ਪੂਰਨ ਹੈ, ਸਰਬ ਥਾਵਾਂ 'ਤੇ ਰਮਿਆ, ਸਾਰਿਆਂ ਵਿੱਚ ਰਮਿਆ ਹੋਇਆ, ਸਰਬ ਜਗਾਵਾਂ 'ਤੇ ਉਹਦੇ ਵਿੱਚ ਧਿਆਨ ਟਿਕਾਇਆ ਹੈ। ਗਿਆਨ ਸਮ ਦੁੱਖ ਸੁਖੰ, ਗਿਆਨ ਐਸਾ ਹੈ ਦੁੱਖ ਅਤੇ ਸੁੱਖ ਸਮ ਬਰਾਬਰ ਕਰਕੇ ਜਾਣਦਾ, ਉਹਨਾਂ ਵਿੱਚ ਬਿਰਤੀ ਬਰਾਬਰ। ਇਹ ਨਹੀਂ ਕਿ ਸੁੱਖ ਆਇਆ ਅਤੇ ਮੈਂ ਬੜਾ ਖੁਸ਼ ਹੈ ਨਾਮ ਜਪਾਂਗਾ, ਅੱਜ ਦੁੱਖ ਦਾ ਸਮਾਂ ਆ ਗਿਆ, ਸੰਕਟ ਆ ਗਿਆ, ਟਿਕ ਗਿਆ, ਹੁਣ ਲੱਗ ਪਿਆ ਮੇਰੇ ਤੋਂ ਨਹੀਂ ਬਾਣੀ ਪੜ੍ਹੀ ਜਾਂਦੀ, ਮੇਰੇ ਤੋਂ ਨਹੀਂ ਗੁਰਦੁਆਰੇ ਮੰਦਰ ਮਸਜਿਦ ਜਾਇਆ ਜਾਂਦਾ, ਨਹੀਂ ਉਹ ਇੱਕ ਸਮਾਨ ਸਮ ਬਰਾਬਰ ਨੇ ਅਤੇ ਜੁਗਤ ਢੰਗ ਉਹਨਾਂ ਦਾ ਨਿਰਮਲ, ਮੈਲ ਤੋਂ ਰਹਿ ਅਤੇ ਵਾਸ਼ਨਾ ਤੋਂ ਰਹਿ ਅਤੇ ਨਿਰਵੈਰਨ ਹੈ। ਇੱਥੇ ਵਿਚਰਦਿਆਂ ਕਿਸੇ ਨਾਲ ਉਹਨਾਂ ਦੀ ਵੈਰ ਭਾਵਨਾ ਨਹੀਂ, ਉਹ ਨਿਰਵੈਰ ਨਾਲ ਜੁੜੇ ਨੇ, ਨਿਰਵੈਰ ਨਾਲ ਜੁੜਨਾ ਅਤੇ ਅੰਦਰੋਂ ਵੈਰ ਮਿਟਾਵੇਂਗਾ ਅਤੇ ਤਾਂ ਉਸ ਪਰਮਾਤਮਾ ਇੱਕ ਤੱਕ ਜਾਵੇਂਗਾ। ਦਇਆਲੰ ਸਰਬੱਤਰ ਜੀਆ, ਉਹ ਦਇਆ ਕਰਦੇ ਨੇ ਸਾਰੇ ਜੀਵਾਂ ਦੇ ਉੱਪਰ, ਤਰਸ ਕਰਦੇ। ਕੀਰਤਨੰ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਇਆਲੰ ਸਰਬੱਤਰ ਜੀਆ, ਪੰਚ ਦੋਖ ਵਿਵਰਜਿਤ ਹੈ ਉਹ ਗੁਰਸਿੱਖ ਪਿਆਰੇ, ਰੱਬ ਨਾਲ ਰੰਗ ਰਤੜੀਆਂ ਰੂਹਾਂ 5 ਦੋਸ਼ਾਂ ਤੋਂ ਵਿਵਰਜਿਤ ਹੈ, ਉਹਨਾਂ ਨੂੰ ਪਰੇ ਹਟਾ ਦਿੰਦੇ, ਜੀਵਨ 'ਚ ਪਰੇ ਕਰ ਦਿੰਦੇ, ਉਹਨਾਂ ਨਾਲ ਲਾਕਾ ਦੇਕਾ ਕੋਈ ਨਹੀਂ ਰਹਿੰਦਾ। ਭੋਜਨੰ ਗੋਪਾਲ ਕੀਰਤਨ ਹੈ,
ਉਹਨਾਂ ਦਾ ਭੋਜਨ ਭਜਨ ਹੋ ਜਾਂਦਾ, ਪਰਮਾਤਮਾ ਦੀ ਬੰਦਗੀ ਆਬਾਦਤ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਅਲਿਪ ਮਾਇਆ ਜਲ ਕਮਲ ਰਹਿਤ ਹੈ। ਕਹਿਣ ਲੱਗੇ ਅਲੇਪ ਰਹਿੰਦੇ ਮਾਇਕੀ ਸੰਸਾਰ ਵਿੱਚੋਂ, ਔਰ ਇਸ ਤਰ੍ਹਾਂ ਰਹਿੰਦੇ ਨੇ ਕਿ ਸੰਸਾਰ ਦੇ ਵਿੱਚ ਅਲੇਪ ਜਿਵੇਂ ਜਲ ਦੇ ਵਿੱਚ ਕਮਲ ਰਹਿੰਦਾ ਹੈ ਨਾ, ਰਹਿੰਦਾ ਉਹ ਪਾਣੀ ਵਿੱਚ, ਪਾਣੀ ਉਹਨੂੰ ਡੋਬ ਨਹੀਂ ਸਕਦਾ ਉੱਚਾ ਉੱਠ ਕੇ। ਔਰ ਰੱਬ ਦਾ ਪਿਆਰਾ ਗੁਰਸਿੱਖ ਸਾਧੂ ਸੰਤ ਜਨ ਬੰਦਗੀ ਵਾਲੀ ਰੂਹ ਰਹਿੰਦਾ ਸੰਸਾਰ ਵਿੱਚ, ਰਹਿੰਦਾ ਪਰਿਵਾਰ ਵਿੱਚ, ਰਹਿੰਦਾ ਕਾਰੋਬਾਰ ਵਿੱਚ, ਪਰ ਇਹਦੇ ਵਿੱਚ ਉਹ ਡੁੱਬਦਾ ਨਹੀਂ, ਲਪਾਏਮਾਨ ਨਹੀਂ ਹੁੰਦਾ, ਸਭ ਕੁਝ ਕਰਦਾ ਹੋਇਆ। ਔਰ ਜਿਵੇਂ ਕਬਲ ਦੀ ਪ੍ਰੀਤੀ ਉੱਪਰ ਸੂਰਜ ਨਾਲੇ, ਇਸ ਗੁਰਸਿੱਖ ਪਿਆਰੇ ਕਰਨੀ ਵਾਲੇ ਦੀ ਪ੍ਰੀਤੀ ਸਨੇਹ ਪ੍ਰੇਮ ਉੱਪਰ ਪਰਮਾਤਮਾ ਨਾਲ ਜੁੜਿਆ ਹੈ, ਉਹ ਲਪਾਏਮਾਨ ਨਹੀਂ ਇਹਦੇ ਵਿੱਚ ਹੁੰਦਾ। ਮਹਾਰਾਜ ਕਹਿੰਦੇ ਨੇ ਔਰ ਐਸੇ ਜੀਵਨ ਵਾਲਾ ਗੁਰਸਿੱਖੇ ਉਪਦੇਸ਼ੰ ਸਮ ਮਿੱਤਰ ਸਤਰੈ, ਜਦੋਂ ਉਪਦੇਸ਼ ਦਿੰਦਾ ਹੈ, ਅਛਾਈ ਦੱਸਦਾ ਹੈ, ਭਲੇ ਦੀ ਗੱਲ ਦੱਸਦਾ ਹੈ, ਕਹਿੰਦੇ ਮਿੱਤਰ ਸਤਰ ਸਮ ਬਰਾਬਰ ਹੈ, ਦੋਨਾਂ ਨੂੰ ਬਰਾਬਰ ਉਪਦੇਸ਼ ਦਿੰਦਾ, ਭਲੇ ਦੀ ਗੱਲ ਕਰਦਾ, ਭਲਾ ਕਰਦਾ, ਇਹ ਨਹੀਂ ਵੇਖਦਾ ਮੇਰਾ ਮਿੱਤਰ ਹੈ ਇਹ ਮੇਰਾ ਦੁਸ਼ਮਣ ਹੈ, ਔਰ ਇੱਕੋ ਜੀ ਭਲੇ ਦੀ ਗੱਲ ਕਰਦਾ, ਇੱਕੋ ਉਪਦੇਸ਼ ਦਿੰਦਾ ਹੈ। ਭਗਵੰਤ ਭਗਤ ਭਾਵਣੀ, ਭਗਵੰਤ ਭਗਵਾਨ ਵਾਹਿਗੁਰੂ ਅਤੇ ਔਰ ਉਹਦੇ ਔਰ ਭਗਤੀ ਕਰਦਾ ਅੰਦਰ ਭਾਵਣੀ, ਭਾਵਨਾ ਦੇ ਨਾਲ ਭਾਵਨਾ ਬਣਾ ਕੇ ਕਿ ਪ੍ਰਭੂ ਨੂੰ ਪਾ ਜਾਣਾ, ਚੰਗਾ ਲੱਗਣਾ, ਉਹਦੇ ਨਾਲ ਜੁੜ ਜਾਣਾ ਅਤੇ ਔਰ ਜੀਵਨ ਵਿੱਚ ਕਮਾਉਂਦਾ ਹੈ। ਪਰ ਨਿੰਦਾ ਨਹਿ ਸਰੋਤ ਸ਼ਰਵਣੰ, ਗੁਰਸਿੱਖ ਜਿਹਨੇ ਰੱਬ ਤੱਕ ਪਹੁੰਚਣਾ ਹੈ ਨਾ, ਉਹ ਕਿਸੇ ਦੀ ਨਿੰਦਿਆ ਕੰਨਾਂ ਨਾਲ ਨਹੀਂ ਸੁਣਦਾ। ਗੁਸਤਾਖੀ ਮਾਫ, ਮੇਰੀ ਤਰ੍ਹਾਂ ਸਾਡਾ ਰਾਸੀ ਨਿੰਦਾ ਬਣ ਗਿਆ, ਸਾਨੂੰ ਕੌਣ ਕਿਸੇ ਦੀ ਚੁਗਲੀ ਸੁਣਾਵੇ, ਕੌਣ ਆ ਕੇ ਸਾਨੂੰ ਦੱਸੇ ਕਿਸੇ ਦੀ ਗੁਫਤਗੋ ਚੁਗਲੀ ਕਰੇ। ਅਤੇ ਮਹਾਰਾਜ ਨੇ ਨਾ ਬਾਣੀ ਅੰਦਰ ਬਚਨ ਕਹੇ, ਮਹਾਰਾਜ ਦੇ ਬਚਨ ਨੇ ਕਿ ਉੱਥੇ ਦੋਨਾਂ ਵੇ ਮੁੱਖਾਂ ਦਾ ਮੂੰਹ ਕਾਲਾ ਕਰਾਇਆ, ਉਹ ਕਿਹੜੇ, ਇੱਕ ਨਿੰਦਾ ਕਰਨ ਵਾਲਾ, ਇੱਕ ਨਿੰਦਾ ਸੁਣਨ ਵਾਲਾ। ਹੁਣ ਉਹ ਦੋਨਾਂ ਨੂੰ ਹੀ ਸਜ਼ਾ ਮਿਲਦੀ, ਉਹਨੇ ਨਿੰਦਾ ਕੀਤੀ ਤਾਂ ਜੇ ਤੂੰ ਸੁਣੀ, ਅਤੇ ਜੇ ਤੂੰ ਨਿੰਦਾ ਸੁਣਦਾ ਸਾਂ ਉਹ ਕਰਦਾ ਸੀ, ਦੋਨੇ ਬਰਾਬਰ ਨੇ। ਮਹਾਰਾਜ ਕਹਿੰਦੇ ਰੱਬ ਦਾ ਪਿਆਰਾ ਗੁਰਸਿੱਖੀ ਨੂੰ ਕਮਾਉਣ ਹਾਰਾ ਉਹ ਨਿੰਦਾ ਨਹੀਂ ਸੁਣਦਾ, ਉੱਥੋਂ ਪਾਸਾ ਵੜ ਜਾਂਦਾ ਹੈ। ਆਪ ਤਿਆਗ ਸਰਨ ਰੇਨ ਕਹਿ, ਮਹਾਰਾਜ ਕਹਿੰਦੇ ਅਪਨੱਤ ਨੂੰ ਤਿਆਗਦਾ ਹੈ ਅਤੇ ਪ੍ਰਭੂ ਦੀ ਸਰਨ ਵਿੱਚ ਹਮੇਸ਼ਾ ਰਹਿਣਾ ਕਹਿੰਦਾ ਹੈ। ਆਪ ਤਿਆਗ ਸਗਲ ਰੇਨ ਕਹਿ, ਸਾਰਿਆਂ ਨੂੰ ਵੀ ਆਪਣੇ ਆਪ ਨੂੰ ਚਰਨ ਧੂੜੀ ਮੰਨਦਾ, ਮੈਂ ਸਾਰਿਆਂ ਦੀ ਚਰਨ ਧੂੜੀ ਹਾਂ, ਸਾਰੇ ਵੱਡੇ ਨੇ, ਆਪਣੇ ਆਪ ਨੂੰ ਛੋਟਾ ਮੰਨਦਾ। ਮਹਾਰਾਜ ਵੀ ਕਹਿੰਦੇ ਨੇ ਆਪ ਗਵਾਈਐ ਤਾਂ ਸੌ ਪਾਈਐ, ਔਰ ਕੈਸੀ ਚਤਰਾਈ ਖੱਟ ਲੱਖਣ ਪੂਰਨੰ ਪੁਰਖ ਹੈ। ਇਹ ਛੇ ਲੱਖਣ, ਛੇ ਨਿਸ਼ਾਨੀਆਂ ਜਿਹੜਾ ਸੰਪੂਰਨ ਮਨੁੱਖ ਹੈ ਉਹਦੀਆਂ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਹੀਆਂ, ਨਾਨਕ ਨਾਮ ਸਾਧ ਸਵਜਨ ਹੈ, ਉਹ ਜਿਹੜਾ ਰੱਬ ਦਾ ਪਿਆਰਾ ਔਰ ਸਵਜਨ ਸ੍ਰੇਸ਼ਟ ਜਾਣੇ ਉਹਦੇ ਇਹ ਲੱਖਣ ਕਹਿਣਾ ਕੀਤੇ। ਮਹਾਰਾਜ ਕਹਿੰਦੇ ਐਸਾ ਹੈ ਉਹ ਰੱਬ ਦਾ ਪਿਆਰਾ, ਉਹਨਾਂ ਚੱਕਰਾਂ 'ਚ ਨਹੀਂ ਪੈਂਦਾ ਕਿ ਇੱਧਰ ਨੂੰ ਚੱਲ ਪਓ। ਉਹ ਕਹਿੰਦੇ ਗੁਰਮਤਿ ਨਾਮ ਵੱਲ ਨੂੰ ਲੈ ਕੇ ਜਾਂਦੀ ਹੈ, ਨਾਮ ਬਾਣੀ ਹੈ। ਕਹਿਣ ਲੱਗੇ ਮਨ ਮੁਖ ਪਾਖੰਡ ਭਰਮ ਵੈਗੂਤੇ,
ਲੋਭ ਲਹਿਰ ਨਾਵ ਪਾਰ ਡੁਬਈਆ। ਮਨਮੁਖ ਪਖੰਡ ਵਿੱਚ ਨੇ, ਖੱਜਲ ਖੁਆਰ ਹੁੰਦੇ ਨੇ, ਭਰਮ ਵਿੱਚ ਪੈ ਕੇ ਭਟਕਦੇ ਨੇ ਅਤੇ ਲੋਭ ਦੀਆਂ ਲਹਿਰਾਂ ਨਾਲ ਜੀਵਨ ਦੀ ਨਾਵ ਬੇੜੀ ਡੁੱਬ ਰਹੀ ਹੈ, ਡੁੱਬਦੀ ਜਾ ਰਹੀ। ਨਾਮ ਜਪੋ, ਨਾਮੇ ਗਤ ਪਾਵੋ, ਬਚਨਾ ਤੇ ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਜਪੋ ਨਾਮੇ ਗਤ ਪਾਵੋ। ਮੁਕਤੀ ਨਾਮ ਨਾਲ ਹੋਣੀ, ਛੁਟਕਾਰਾ ਨਾਮ ਨਾਲ ਹੋਣਾ ਹੈ। ਸਿਮਰੈ ਸ਼ਾਸਤਰ ਨਾਮ ਦਰਡਈਆ, ਔਰ ਉਹਨਾਂ ਦੇ ਵਿੱਚ ਪਾਵਨ ਗ੍ਰੰਥਾਂ ਦੇ ਵਿੱਚ ਜਿੱਥੇ ਨਾਮ ਦੀ ਗੱਲ ਚੱਲਦੀ ਹੈ ਨਾ, ਭਗਵਾਨ ਨੂੰ ਮਿਲਦੀ, ਉਹਨੂੰ ਦ੍ਰਿੜ ਕਰ, ਹਿਰਦੇ ਵਿੱਚ ਟਿਕਾ। ਹਉਮੈ ਜਾਏ ਤਾਂ ਨਿਰਮਲ ਹੋਵੇ, ਜਿੰਨਾ ਚਿਰ ਅੰਦਰ ਹਉਮੈ ਆ ਉਹਨਾਂ ਚਿਰ ਮਨ ਦੀ ਪਵਿੱਤਰਤਾ ਨਹੀਂ। ਗੁਰਮੁਖ ਪਰਚੇ ਪਰਮ ਪਦ ਲਈਆ, ਜਿਹੜੇ ਗੁਰਮੁਖ ਪਰਚ ਗਏ ਪ੍ਰਭੂ ਦੇ ਵਿੱਚ, ਨਾਮ ਵਿੱਚ, ਬਾਣੀ ਵਿੱਚ, ਉਪਦੇਸ਼ ਦੇ ਵਿੱਚ ਗ੍ਰਹਿਣ ਕਰਕੇ ਆਪਣੇ ਆਪ ਨੂੰ ਮਿਲਾਉਂਦੇ ਨੇ, ਮਹਾਰਾਜ ਕਹਿੰਦੇ ਉਹਨਾਂ ਸਭ ਤੋਂ ਵੱਡਾ ਜਿਹੜਾ ਮੁਰਾਤਬਾ ਹੈ ਪ੍ਰਾਪਤ ਕਰ ਲਿਆ। ਇਹੋ ਜਗ ਵਰਨ ਰੂਪ ਸਭ ਤੇਰਾ, ਮਹਾਰਾਜ ਸਾਰਾ ਜਗਤ ਸਾਰੇ ਰੂਪ ਤੇਰੇ ਨੇ। ਜਿੱਤ ਲਾਵੈ ਸੇ ਕਰਮ ਕਮਈਆ, ਜਿੱਧਰ ਨੂੰ ਤੂੰ ਲਾਉਣਾ ਹੈ ਉਸੇ ਪਾਸੇ ਨੂੰ ਅਸੀਂ ਲੱਗਦੇ ਹਾਂ, ਉਹ ਕਰਮ ਜੀਵ ਕਰਦੇ ਨੇ। ਜਦੋਂ ਤੂੰ ਇਹ ਹੁਣ ਕਰਮ ਕਮਈਆ ਤੂੰ ਕਰਾਉਣਾ, ਅਤੇ ਇੱਥੇ ਕੋਈ ਡਾਕਾ ਮਾਰਨ ਵਾਲਾ, ਚੋਰੀ ਕਰਨ ਵਾਲਾ, ਵਿਭਚਾਰ ਕਰਨ ਵਾਲਾ, ਦੁਰਾਚਾਰ ਕਰਨ ਵਾਲਾ ਇਹ ਗੱਲ ਕਹੇ ਮੇਰੇ ਤੋਂ ਤਾਂ ਰੱਬ ਕਰਾਉਂਦਾ, ਨਹੀਂ, ਇਹ ਅਵਸਥਾ ਉਹਦੀ ਆ ਜਿਹੜਾ ਰੱਬ ਵਿੱਚ ਮਿਲ ਜਾਂਦਾ, ਰੱਬ ਵਿੱਚ ਮਿਲ ਜਾਂਦਾ। ਉਹ ਕਹਿੰਦਾ ਨਹੀਂ, ਜਿਵੇਂ ਫੁੱਲ ਦੇ ਵਿੱਚ ਫੁੱਲ ਸੁਗੰਧੀ ਦੇ ਨਹੀਂ ਰਿਹਾ ਹੁੰਦਾ, ਉਹਦੇ ਵਿੱਚੋਂ ਆਪਣੇ ਆਪ ਨਿਕਲ ਰਹੀ ਹੈ। ਗੁਰਸਿੱਖ ਪਿਆਰੇ ਦੇ ਅੰਦਰੋਂ ਫਿਰ ਉਹ ਆਪਣੇ ਆਪ ਨਿਕਲ ਰਿਹਾ ਹੈ ਅਤੇ ਉਹ ਸਭ ਕੁਝ ਕਰਦਾ, ਕਹਿੰਦਾ ਮੈਂ ਨਹੀਂ, ਇਹ ਤੂੰ ਕਰ ਰਿਹਾ, ਤੂੰ ਕਰਵਾ ਰਿਹਾ, ਤੂੰ ਕਰਵਾ ਰਿਹਾ। ਇਹ ਉਹਦੀ ਅਵਸਥਾ ਹੈ, ਇਹ ਮਤ ਜਾਣਨਾ। ਕੋਈ ਕੁਕਰਮ ਕਰਨ ਵਾਲਾ ਕਿਸੇ ਤੋਂ ਬਾਣੀ ਨਹੀਂ ਪੜ੍ਹੀ ਜਾਂਦੀ, ਉਹ ਝੂਠ ਬੋਲਦਾ, ਤੂਫਾਨ ਬੋਲਦਾ, ਕੁਕਰਮ ਕਰਦਾ, ਨਿੰਦਿਆ ਕਰਦਾ, ਉਹ ਕਹੇ ਜੀ ਰੱਬ ਹੀ ਕਰਾ ਰਿਹਾ, ਨਹੀਂ, ਇਹ ਅਵਸਥਾ ਦੇਖਣੀ ਪਏਗੀ। ਹੁਣ ਇਹ ਤਾਂ ਵਿਦਿਆ ਹੈ ਨਾ, ਅਤੇ ਹੁਣ ਪਹਿਲੀ ਵਾਲਾ ਕਹੇ ਵੀ ਜਿਹੜਾ ਯੂਨੀਵਰਸਿਟੀ ਦੇ ਅੰਦਰ ਪੜ੍ਹਦਾ ਹੈ, ਇੱਕ PhD ਕਰ ਰਿਹਾ, ਬਈ ਉਹ ਵੀ ਮੇਰੇ ਬਰਾਬਰ ਨਹੀਂ ਹੈ, ਉਹਦੀ ਅਵਸਥਾ ਹੈ, ਉਹ ਉੱਥੇ ਜਾ ਕੇ ਉਹਨੂੰ ਪੁਸਤਕਾਲ ਪੜ੍ਹਾਇਆ ਜਾਣਾ ਹੈ। ਇਹ ਹਰ ਸ਼ਬਦ ਦੀ ਹਰ ਅਵਸਥਾ ਹੈ। ਔਰ ਗੁਰੂ ਪਿਆਰ ਵਾਲਾ ਜਦੋਂ ਰੱਬ ਨਾਲ ਮਿਲ ਜਾਂਦਾ, ਇੱਕ ਮੇਕਤਾ ਹਾਸਲ ਕਰਦਾ, ਉਦੋਂ ਕਹਿੰਦਾ ਕਿ ਪ੍ਰਭੂ ਤੇਰੇ ਤੋਂ ਹੋ ਰਿਹਾ, ਜੋ ਤੂੰ ਹੀ ਕਰ ਰਿਹਾ। ਜੇ ਉਹਨੂੰ ਦੁੱਖ ਆਉਂਦਾ, ਉਹਦਾ ਕਿਸੇ ਨੇ ਨਹੀਂ, ਇਹ ਤੂੰ ਹੀ ਦਿੱਤਾ ਹੈ, ਤੂੰ ਹੀ ਕਰ ਰਿਹਾ, ਇਹ ਤੇਰਾ ਭਾਣਾ, ਦੋਸ਼ ਕਿਸੇ ਨੂੰ ਨਹੀਂ। ਉਹ ਆਪਣੇ ਤਨ 'ਤੇ ਆਵੇ, ਪਰਿਵਾਰ 'ਤੇ ਆਵੇ, ਘਰ 'ਤੇ ਆਵੇ, ਕਾਰੋਬਾਰ 'ਤੇ ਆਵੇ, ਕਹਿੰਦਾ ਮਹਾਰਾਜ ਇਹ ਵੀ ਤੇਰਾ ਭਾਣਾ, ਕਿਰਪਾ ਕਰੇ, ਇਹ 'ਚ ਮੈਂ ਡੋਲ ਨਾ ਜਾਵਾਂ। ਮਹਾਰਾਜ ਖੀਰਲੀਆਂ ਪੰਕਤੀਆਂ ਕਹਿੰਦੇ, ਨਾਨਕ ਜੰਤ ਵਜਾਈ ਵਾਜੈ ਹੈ। ਮਹਾਰਾਜ ਜੰਤ ਜੀਵ ਜਿਹੜੇ ਆ, ਇੱਕ ਵਾਜੇ ਨੇ, ਇਹਨਾਂ ਨੂੰ ਜਿਵੇਂ ਤੂੰ ਵਜਾਉਣਾ ਹੈ ਉਵੇਂ ਵੱਜਦੇ ਪਏ ਨੇ, ਚੱਲਦੇ ਪਏ ਨੇ। ਜਿੱਤ ਭਾਵੈ ਜਿਵੇਂ ਤੈਨੂੰ ਪਾਉਂਦਾ, ਜਿੱਧਰ ਨੂੰ ਤਿੱਤ ਰਾਹ ਚੱਲਈਆ, ਸਾਨੂੰ ਉਸੇ ਰਾਹ ਤੋਰ ਜਿਹੜਾ ਰਾਹ ਤੈਨੂੰ ਚੰਗਾ ਲੱਗਦਾ ਹੈ। ਇਹ ਸਤਿਗੁਰੂ ਰਾਮਦਾਸ ਸੱਚੀ ਸਰਕਾਰ ਨੇ ਸਾਡੇ 'ਤੇ ਮਿਹਰਬਾਨੀ ਕਰਦਿਆਂ, ਤਰਸ ਕਰਦਿਆਂ ਹੋਏ ਆ, ਜੋ ਸਾਨੂੰ ਬਚਨ ਬਖਸ਼ਿਸ਼ ਕੀਤੇ,
ਉਹਦੇ ਸੰਖੇਪ ਰੂਪ 'ਚ ਅੱਖਰੀ ਜੇ ਅਰਥਾਂ ਦੀ ਵਿਚਾਰ ਦੀ ਆਪ ਨਾਲ ਸਾਂਝ ਪਾਈ। ਗਰੀਬ ਨਵਾਜ਼ ਕਿਰਪਾ ਕਰਨ, ਸਾਨੂੰ ਪੜ੍ਹਨ ਸੁਣਨ ਵਾਲਿਆਂ ਨੂੰ ਸਮਤ ਬਖਸ਼ਿਸ਼ ਕਰਨ, ਸਾਨੂੰ ਮਾਦਰਾ ਸਮਝ ਆਵੇ, ਅਸੀਂ ਨਾਮ ਬਾਣੀ ਨਾਲ ਜੁੜੀਏ, ਅਵਗੁਣਾਂ ਦਾ ਤਿਆਗ ਕਰੀਏ, ਗੁਣਾਂ ਦੇ ਗ੍ਰਾਹੀ ਬਣੀਏ, ਫਿਰ ਗੁਰੂ ਗੁਰੂ ਜਪੀਏ, ਸਾਰੇ ਸੁੱਖ, ਸਾਰੀਆਂ ਸੁਵਿਧਾਵਾਂ, ਸਾਰੀਆਂ ਦਾਤਾਂ, ਸਾਰੀਆਂ ਬਖਸ਼ਿਸ਼ਾਂ, ਸਾਰੀਆਂ ਰਹਿਮਤਾਂ ਇਹ ਗੁਰੂ ਤੋਂ ਮਿਲਣੀਆਂ ਜੀ। ਔਰ ਸਿੱਖ ਲਈ ਕੋਈ ਹੋਰ ਜਗ੍ਹਾ ਹੀ ਨਹੀਂ ਜਿੱਥੋਂ ਇਹਦੀ ਝੋਲੀ ਭਰ ਸਕੇ, ਇਹਦੀ ਝੋਲੀ ਭਰਨੀ ਹੈ। ਲੋਕ ਪ੍ਰਲੋਕ ਇਹਦਾ ਸਵਰਨਾ ਹੈ, ਉਹ ਗੁਰੂ ਤੋਂ ਸਵਰਨਾ ਹੈ। ਹੋਰ ਕੋਈ ਨਾ ਇਹਦਾ ਵਿਗਾੜ ਸਕਦਾ, ਨਾ ਕੋਈ ਸਵਾਰ ਸਕਦਾ, ਔਰ ਬਖਸ਼ਿਸ਼ਾਂ ਦਾਤੇ ਤੋਂ ਮਿਲਣੀਆਂ। ਫਿਰ ਕਿਉਂ ਨਾ ਅਸੀਂ ਆਪਣੇ ਗੁਰੂ ਨਾਲ ਜੁੜੀਏ, ਆਪਣੇ ਗੁਰੂ ਦੇ ਮਾਰਗ 'ਤੇ ਤੁਰੀਏ, ਚੱਲਦੇ ਫਿਰਦੇ ਘਰ ਪਰਿਵਾਰ ਵਿੱਚ ਗੁਰੂ ਗੁਰੂ ਜਪੀਏ, ਅਤੇ ਫਿਰ ਸਾਡਾ ਆਇਆ ਸਫਲਾ। ਇੰਨੀਆਂ ਬੇਨਤੀਆਂ ਪ੍ਰਵਾਨ, ਅਰਦਾਸ ਅੰਦਰ ਸ਼ਾਮਿਲ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।